ਡੀਓਸੀ ਮੈਂ ਐਜ਼ ਅ ਪ੍ਰਿੰਸੀਪਲ ਰਿਟਾਇਰ ਹੋਈ ਹਾਂ, ਸਾਰੇ ਸੀ ਐਜੂਕੇਸ਼ਨ ਨਾਲ ਕੰਸਰਨ ਆ। ਜਦੋਂ ਵੀ ਕੋਈ ਇਸ ਤਰ੍ਹਾਂ ਦੀਆਂ ਸਭ ਪਿੰਡਾਂ ਦੇ ਵਿੱਚ ਹੋਰ ਵੀ ਗੰਦੀਆਂ ਬਿਲਡਿੰਗਸ ਨੇ ਜਿਹੜੀਆਂ ਬਹੁਤ ਹੀ ਗਿਰਨ ਵਾਲੀਆਂ ਹੁੰਦੀਆਂ ਨੇ, ਪਰ ਅਸੀਂ ਜਦੋਂ ਵੀ ਕੋਈ ਇਸ ਤਰ੍ਹਾਂ ਲੱਗਦਾ ਉਹ ਲੌਕ ਹੋ ਜਾਂਦਾ, ਉਹ ਲੌਕ ਹੋ ਜਾਂਦੀ ਹੈ ਨਾ, ਉੱਥੇ ਕੋਈ ਵੀ ਨਹੀਂ ਜਾ ਸਕਦਾ। ਮੈਮ ਤੁਸੀਂ ਪ੍ਰਿੰਸੀਪਲ ਰਹੇ ਹੋ, ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਹ ਡੀਓ ਨੇ ਹੁੰਦੀ ਹੈ, ਉਹ ਡੀਓ ਨੇ ਇਹਦੇ ਵਿੱਚ ਲੱਗਦਾ ਹੈ ਕਿ ਪ੍ਰਿੰਸੀਪਲ ਦੀ ਵੀ ਅਣਗਹਿਲੀ ਹੈ। ਸਰਾਸਰ ਡੈਫੀਨਿਟਲੀ ਲੱਗਦੀ ਹੈ, ਸਰਾਸਰ ਲੱਗਦੀ ਲੱਗਦੀ ਹੈ, ਸਰਾਸਰ ਲੱਗਦੀ ਹੈ ਪ੍ਰਿੰਸੀਪਲ ਦੇ। ਪ੍ਰਿੰਸੀਪਲ ਹਾਂ ਕਿਉਂ ਨਹੀਂ ਲੌਕ ਕਰ ਸਕੇ ਉਹ ਬਿਲਡਿੰਗ ਨੂੰ? ਚਲੋ ਬਾਕੀ ਦੇਖੋ ਇਹਦੇ ਹੱਥ 'ਚ ਆ ਸਭ ਕੁਝ, ਹੈ ਨਾ, ਇੱਕ ਮਿੰਟ ਦੇ ਵਿੱਚ ਪੂਰਾ ਉਹ ਗਿਰ ਗਿਆ ਤਾਂ ਅਸੀਂ ਕਿਤੇ ਨਾ ਕਿਤੇ ਇਹਦਾ ਭਾੜਾ ਵੀ ਮੰਨਣਾ। ਬਸ ਇਹੀ ਆ, ਹੁਣ ਆਪਾਂ ਕੁਛ ਨਹੀਂ ਕਰ ਸਕਦੇ, ਪਰ ਅੱਗੇ ਨੂੰ ਸੇਫਲੀ ਹੋਣੀ, ਸੇਫ ਸਾਈਡਸ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਕਿਤੇ ਫਰਦਰ ਨਾ ਹੋਵੇ। ਬਾਕੀ ਸਾਨੂੰ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਕਿ ਅਸੀਂ, ਸਾਡਾ ਟਾਰਗੇਟ ਆ ਪ੍ਰਿੰਸੀਪਲ ਨੂੰ ਹਸਾਉਣਾ, ਸਾਡਾ ਟਾਰਗੇਟ ਹੈ ਸਿਰਫ ਸੋਸ਼ਲੀ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ। ਕੋਈ ਜਿਹਦਾ ਵੀ ਚਲਾ ਗਿਆ, ਚਾਹੇ ਉਹ ਸਾਡਾ ਜੇ ਚਲਾ ਗਿਆ ਕਿਸੇ ਹੋਰ ਦਾ ਵੀ ਜਾ ਸਕਦਾ ਸੀ, ਇੱਕ ਕ੍ਰਿਟੀਕਲ ਆ, ਮਤਲਬ ਇਹਨਾਂ ਚੀਜ਼ਾਂ ਨੂੰ ਕਾਫੀ, ਜੇ ਤੁਹਾਨੂੰ ਇਹ ਪੋਸਟ ਮਿਲੀ ਆ ਤੇ ਤੁਹਾਨੂੰ ਇਹ ਛੋਟੀ ਛੋਟੀਆਂ ਗੱਲਾਂ ਲੱਗਦੀਆਂ ਹੁੰਦੀਆਂ ਨੇ, ਪਰ ਜਦੋਂ ਵੱਡੀਆਂ ਹੋ ਜਾਂਦੀਆਂ ਨੇ, ਕਿਉਂਕਿ ਇਹ ਛੋਟੀ ਗਲਤੀ ਨਹੀਂ ਹੁੰਦੀ, ਬਹੁਤ ਵੱਡੀ ਗਲਤੀ ਹੈ, ਇਹ ਪਹਿਲਾਂ ਲੱਗਦੀਆਂ ਨੇ ਜਦੋਂ ਅਸੀਂ ਉਹਨੂੰ ਇਗਨੋਰ ਕਰ ਰਹੇ ਹੁੰਦੇ, ਪਰ ਜਦੋਂ ਰਿਜ਼ਲਟਸ ਇਹ ਜਿਹੇ ਆਉਂਦੇ ਨੇ ਫਿਰ ਸਾਨੂੰ ਪਤਾ ਲੱਗਦਾ ਕਿ ਕਿੰਨੀ ਵੱਡੀ ਗਲਤੀ ਸੀ। ਜਦੋਂ ਪਾਣਾ ਵਾਪਰਿਆ ਤਾਂ ਉਸ ਵੇਲੇ ਇਨਫੋਰਮੇਸ਼ਨ ਦਿੱਤੀ ਗਈ ਜੋ ਟੀਚਰਸ ਦੇ ਵੱਲੋਂ, ਤਾਂ ਉੱਥੇ ਪਤਾ ਲੱਗਿਆ ਕਿ ਮਲਬਾ ਉੱਪਰ ਰੱਖਿਆ ਗਿਆ ਸੀ ਜਾਂ ਨਹੀਂ? ਨਹੀਂ, ਉਹ ਹਲੇ ਸਾਨੂੰ ਕਿਸੇ ਨੂੰ ਕਲੀਅਰ ਨਹੀਂ ਹੈਗਾ, ਕਿਉਂਕਿ ਅਸੀਂ ਇੱਕਦਮ ਫਿਰ ਵਿਪਤਾ ਖੜੀ ਹੋ ਗਈ, ਫਿਰ ਕੌਣ ਮਲਬਾ ਦੇਖਣ ਜਾਂਦਾ, ਹੈ ਨਾ, ਉਹ ਸਾਨੂੰ ਵੀ ਕਲੀਅਰ ਨਹੀਂ, ਅਸੀਂ ਵੀ ਚਾਹੁੰਦੇ ਹਾਂ ਕਿ ਥੋੜਾ ਪਤਾ ਲੱਗੇ ਕਿ ਹੋ ਕੀ ਗਿਆ ਸੀ। ਸਿੱਖਿਆ ਵਿਭਾਗ ਵੱਲੋਂ ਹਲੇ ਤੱਕ ਇਸ ਮਾਮਲੇ ਤੇ ਵੀ ਜਿਹੜੀ ਇਨਕੁਆਇਰੀ ਹਲੇ ਚੱਲ ਰਹੀ ਹੈ, ਕੋਈ ਕਿਸੇ ਨਤੀਜੇ ਤੇ ਪਹੁੰਚੇ ਨੇ? ਕਿਉਂਕਿ ਕੱਲ ਸਰ ਪ੍ਰੈਸ ਨੋਟ 'ਚ ਲਿਖਿਆ ਸੀਗਾ ਕਿ 12 ਵਜੇ ਤੱਕ ਕੁਛ ਨਾ ਕੁਛ ਦੱਸਿਆ ਜਾਊਗਾ, ਚਾਰ ਪ੍ਰਿੰਸੀਪਲ ਉਹਦੇ 'ਚ ਕਮੇਟੀ ਦੇ ਮੈਂਬਰ ਬਣਾਏ ਗਏ ਸੀਗੇ। ਦੇਖੋ ਜੀ, ਜਿਹੜੀ ਗੱਲ ਹੈ ਕਿ ਮੌਕੇ ਤੇ ਜਿਹੜੀ ਵੀ ਸਾਨੂੰ ਗਲਤੀ ਲੱਭੀ, ਜੋ ਅੱਖਾਂ 'ਚ ਦੇਖਤੀ ਗਲਤੀ ਲੱਭੀ, ਉਹ ਸੀਗਾ ਠੇਕੇਦਾਰ, ਠੇਕੇ ਜਿੰਮੇ ਰਹਿੰਦੀ ਤੂੰ ਇੱਟਾਂ ਕਿੱਦਾਂ ਕਿਨਾਰੇ ਤੇ ਰੱਖੀਆਂ, ਤੇ ਉਹ ਉਸ ਵੇਲੇ ਪਰਚਾ ਕਰਾ ਤਾ। ਹੁਣ ਇਹਦੇ ਵਿੱਚ ਕਿਹੜਾ ਪਾਰਟੀਕੁਲਰ ਬੰਦਾ ਜਿਹੜਾ ਉਹ ਜ਼ਿੰਮੇਵਾਰ ਹੈ, ਉਹ ਇਨਕੁਆਇਰੀ ਦੇ ਸਾਨੂੰ ਦੱਸਾਂ, ਕੋਈ ਟਿੱਪਣੀ ਨਹੀਂ। ਕਿਸੇ ਵੀ ਸਕੂਲ 'ਚ ਰੈਨੋਵੇਟ ਜਦੋਂ ਹੁੰਦਾ ਤੇ ਸਕੂਲ ਨੂੰ ਖਾਲੀ ਕਰਵਾਇਆ ਜਾਂਦਾ, ਕਿਉਂਕਿ ਇਹ ਸਕੂਲ ਖਾਲੀ ਨਹੀਂ ਕਰਵਾਇਆ ਗਿਆ, ਇਹਦੇ 'ਚ ਸਟੇਟਮੈਂਟ ਰਿਕਾਰਡ ਕਰਦੇ, ਕਿਉਂਕਿ ਹਜੇ ਇਹ ਕੰਡੀਸ਼ਨ 'ਚ ਨਹੀਂ ਆਏ ਕਿ ਉਹਨਾਂ ਨੂੰ ਪੁੱਛੀ ਇਸ ਸਦਮੇ ਚੁੱਕ ਕਰਦੀ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਤਾਂਤਰਿਕ ਵਿਧੀ ਨਾਲ ਪਾਓ 100% ਗਾਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ, ਪਤੀ ਪਤਨੀ 'ਚ ਝਗੜਾ, ਪ੍ਰੇਮ ਵਿਆਹ 'ਚ ਰੁਕਾਵਟ, ਸੌਦਨ ਦੁਸ਼ਮਣ ਦਾ ਖਾਤਮਾ, ਵਿਦੇਸ਼ 'ਚ ਪੱਕਾ ਹੋਣਾ, ਕੀਤਾ ਕਿਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਸੰਪਰਕ ਕਰੋ। ਬਾਬਾ ਸੁਲਤਾਨ ਜੀ 98 150 50 609।